ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਭਾਈ ਸਾਹਿਬ ਦਾ ਵਿਆਹ ਹੋਇਆ ਸਾਦੇ ਢੰਗ ਨਾਲ ਹੋਇਆ ਸਭ ਦੇ ਮਨਾਂ ਦੇ ਵਿੱਚ ਸੀਗਾ ਕਿ ਕਿਵੇਂ ਹੋਊਗਾ ਲੋਕੀ ਦੇਖਣ ਨਾ ਚਾਹੁੰਦੇ ਸੀ ਤੇ ਕਿਵੇਂ ਦਾ ਇੱਕ ਰਿਹਾ ਇੱਕ ਸੁਨੇਹਾ ਭਾਈ ਸਾਹਿਬ ਹੋਰਾਂ ਦਾ ਭਾਈ ਸਾਹਿਬ ਦਾ ਵਿਆਹ ਤਾਂ ਪਰਸਨਲ ਲਾਈਫ ਹੈ ਉਹ ਛੱਡ ਦਿਆ ਕਰੋ ਉਹਦੇ ਵਿੱਚ ਨਹੀਂ ਸਾਨੂੰ ਇਹ ਕਿ ਜਿਵੇਂ ਸਾਡੀ ਡਿਊਟੀ ਲੱਗੀ ਆ ਆਪਾਂ ਚਾਹੁੰਦੇ ਹਾਂ ਕਿ ਜੋ ਦੇਖਣਾ ਚਾਹੁੰਦੇ ਆ ਜੋ ਚਾਹੁੰਦੇ ਆ ਭਾਈ ਸਾਹਿਬ ਹੋਰਾਂ ਨੂੰ ਸੋ ਉਹ ਉਹਨਾਂ ਨੂੰ ਇਹ ਹੈ ਕਿ ਕਿਵੇਂ ਹੋਇਆ ਹੋਵੇਗਾ ਕਿਵੇਂ ਵਿਆਹ ਹੋਇਆ ਸਾਰਾ ਇੱਕ ਵਾਰੀ ਦੱਸ ਦਈਏ ਆਪਾਂ ਕਿ ਸਾਦਾ ਜੀਵਨ ਜੇ ਆਪਾਂ ਬਤੀਤ ਕਰਨਾ ਕਿਵੇਂ ਕਰ ਸਕਦੇ ਹਾਂ ਉਹੀ ਚੀਜ਼ ਨੂੰ ਭਾਈ ਸਾਹਿਬ ਪੰਜਾਬ ਦੇ ਅੰਦਰ ਵਾਪਸ ਜੋ ਵਹੀਰ ਦੇ ਥਰੂ ਵੀ ਬੋਲਣਾ ਚਾਹੁੰਦੇ ਸੀਗੇ ਕਿ ਅਸੀਂ ਬਹੁਤ ਸਾਰੇ ਖਰਚੇ ਕਰਦੇ ਹਾਂ ਲਾਈਟਿੰਗ ਉੱਤੇ ਗੁਰੂ ਸਾਹਿਬ ਦੀ ਸਜਾਵਟ ਦੇ ਉੱਤੇ ਫਾਲਤੂ ਜੇ ਖਰਚੇ ਕਰਦੇ ਹਾਂ ਗੁਰੂ ਸਾਹਿਬ ਨਹੀਂ ਚਾਹੁੰਦੇ ਇਹ ਸਭ ਚੀਜ਼ਾਂ ਕਰਨ ਦੇ ਲਈ ਆਪਾਂ ਸਮਾਜ ਦੇ ਵਿੱਚ ਗਲਤ ਮੈਸੇਜ ਦਿੰਦੇ ਹਾਂ ਉੱਦਾਂ ਹੀ ਭਾਈ ਸਾਹਿਬ ਨੇ ਵਿਆਹ ਵੀ ਜਿਹੜਾ ਹੈ ਉਹ ਬਹੁਤ ਸਿੰਪਲ ਸਾਦੇ ਤਰੀਕੇ ਨਾਲ ਕੀਤਾ ਹੈ ਇਹ ਪਿੰਡ ਦਾ ਗੁਰਦੁਆਰਾ ਇੱਥੇ ਹੀ ਔਰ ਸਿਰਫ ਪਰਿਵਾਰ ਦੇ ਮੈਂਬਰ ਸੀਗੇ ਔਰ ਬਹੁਤ ਘੱਟ ਲੋਕਾਂ ਦੇ ਨਾਲ ਔਰ ਖਾਣੇ ਵਿੱਚ ਇੱਦਾਂ ਨਹੀਂ ਕਿ ਬਹੁਤ ਸਾਰਾ ਵਧੀਆ ਔਰ ਬਹੁਤ ਲੰਬਾ ਚੌੜਾ ਜਿਹਦਾ ਮੈਨਿਊ ਬਣਾਇਆ ਹੁੰਦਾ ਸਿੰਪਲ ਲੰਗਰ ਸੀਗਾ ਉਹੀ ਆਪਾਂ ਛਕਿਆ ਉਹੀ ਇੱਕ ਚੰਗੀ ਸੇਧ ਲੈਣੀ ਚਾਹੀਦੀ ਮੈਂ ਪਰਸਨਲੀ ਅਗਰ ਕਹਾਂ ਮੈਂ ਆਪਣੇ ਬੇਟੇ ਦੇ ਨਾਲ ਆਇਆ ਸੀਗਾ ਮੈਂ ਜਾਂਦੇ ਹੋਏ ਬੇਟੇ ਨਾਲ ਇਹੀ ਗੱਲ ਕਰਾਂ ਕਿ ਯਾਰ ਆਪਾਂ ਤੇਰਾ ਵਿਆਹ ਵੀ ਇੱਦਾਂ ਕਰਾਂਗੇ ਆਪਾਂ ਉਹ ਫਾਲਤੂ ਖਰਚੇ ਨਹੀਂ ਕਰਾਂਗੇ ਜਿੱਦਾਂ ਵੀ ਐਗਰੀਕ੍ਰਿਤ ਕੀਤਾ ਉਹਨੇ ਕਿ ਹਾਂ ਇਸ ਤਰ੍ਹਾਂ ਕਰਾਂਗੇ ਬਿਲਕੁਲ ਬਿਲਕੁਲ ਮੇਰੀਆਂ ਦੋ ਬੇਟੀਆਂ ਆਲਰੇਡੀ ਮੈਂ ਉਹਨਾਂ ਨਾਲ ਸ਼ੇਅਰ ਕਰਦਾ ਪਿਆ ਸੀਗਾ ਤੇ ਮੈਂ ਜਦੋਂ ਕੁੜੀਆਂ ਦਾ ਹੁੰਦਾ ਉਹਨਾਂ ਨੂੰ ਚਾਅ ਹੁੰਦਾ ਕਿ ਸਾਡਾ ਵਿਆਹ ਇਦਾਂ ਕਿਉਂਕਿ ਫਿਲਮਾਂ ਦੇਖਦੇ ਆ ਬਾਲੀਵੁੱਡ ਵੇਖਦੇ ਆ ਕਿ ਇੱਦਾਂ ਦੇ ਲਹਿੰਗੇ ਇੱਦਾਂ ਦੇ ਫਲਾਂਟਿੰਗ ਉਹ ਸਭ ਇੱਕ ਸਮਾਜ ਦੇ ਉੱਤੇ ਕੰਪੀਟੀਸ਼ਨ ਦੀ ਭਾਵਨਾ ਚਲੇ ਜਾਂਦੀ ਹੈ ਜਿਸ ਜਿਹੜੇ ਮਿਡਲ ਕਲਾਸ ਫੈਮਿਲੀਜ਼ ਹੈਗੀਆਂ ਉਹਨਾਂ ਕੋਲ ਇੰਨੇ ਪੈਸੇ ਹੁੰਦੇ ਨਹੀਂ ਔਰ ਉਹ ਜਾਂ ਤਾਂ ਉਹ ਮਾਯੂਸ ਹੋ ਜਾਂਦੇ ਆ ਜਾਂ ਉਹ ਕਰਜ਼ਾ ਲੈਂਦੇ ਕੁਛ ਕਰਦੇ ਇਹ ਸਾਰੇ ਦੀ ਸਾਨੂੰ ਲੋੜ ਨਹੀਂ ਹੁੰਦੀ ਅਤੇ ਇਹ ਅਸੀਂ ਇੱਕ ਚੰਗੀ ਸ਼ੁਰੂਆਤ ਹੈ ਜੋ ਭਾਈ ਸਾਹਿਬ ਕਰ ਰਹੇ ਆ ਬਹੁਤ ਇੱਕ ਸਿੰਪਲ ਤਰੀਕੇ ਦੇ ਨਾਲ ਸਾਦੇ ਤਰੀਕੇ ਦੇ ਨਾਲ ਅਤੇ ਇਹ ਸਮਾਜ ਨੂੰ ਵੀ ਇੱਕ ਸਿੱਖਿਆ ਲੈਣੀ ਚਾਹੀਦੀ ਹੈ ਇੱਕ ਸਵਾਲ ਬਾਕੀ ਸਾਰਿਆਂ ਦੇ ਮਨਾਂ ਦੇ ਵਿੱਚ ਆ ਕਿ ਵਿਆਹ ਤੋਂ ਬਾਅਦ ਭਾਈ ਸਾਹਿਬ ਹੋਰੀ ਇੱਥੇ ਰਹਿਣਗੇ ਜਾਂ ਵਿਦੇਸ਼ ਚਲੇ ਜਾਣਗੇ ਜਾਂ ਆਉਂਦੇ ਜਾਂਦੇ ਰਹਿਣਗੇ ਕਿਵੇਂ ਦਾ ਰਹੇਗਾ ਅਗਲਾ ਜਿਹੜਾ ਬੜਾ ਹੋਏ ਨਹੀਂ ਨਹੀਂ ਭਾਈ ਸਾਹਿਬ ਨੇ ਇੱਦਾਂ ਮੈਂ ਵੀ ਪੜਿਆ ਇੱਕ ਦੋ ਜਗ੍ਹਾ ਕਿਤੇ ਲਿਖਿਆ ਹੋਇਆ ਸੀਗਾ ਕਿ ਇਹ ਬਾਹਰ ਜਾਣ ਦਾ ਵਸੀਲਾ ਹੈ ਕਿਸਮ ਦਾ ਭਾਈ ਸਾਹਿਬ ਨੇ ਇੱਥੇ ਹੀ ਰਹਿਣਾ ਜੇ ਭਾਈ ਸਾਹਿਬ ਨੇ ਬਾਹਰ ਜਾਣਾ ਹੁੰਦਾ ਤਾਂ ਬਾਹਰੋਂ ਇੱਥੇ ਆਏ ਨਾ ਹੁੰਦੇ ਕਿਉਂਕਿ ਇਹ ਰਿਲੇਸ਼ਨ ਭਾਈ ਸਾਹਿਬ ਜਿਹੜਾ ਕਮਿਟਮੈਂਟ ਸੀਗਾ ਭਾਈ ਸਾਹਿਬ ਦਾ ਇਹ ਪੁਰਾਣਾ ਹੈ ਹੁੰਦਾ ਨਹੀਂ ਹੈਗਾ ਅਤੇ ਜੇ ਉਹੋ ਜਿਹਾ ਕੁਛ ਗੱਲ ਹੁੰਦੀ ਤਾਂ ਭਾਈ ਸਾਹਿਬ ਇੱਥੇ ਆਉਂਦੇ ਹੀ ਨਾ ਜੇ ਬਾਹਰ ਜਾਣਾ ਹੁੰਦਾ ਪ੍ਰਚਾਰ ਦੇ ਲਈ ਸ਼ਾਇਦ ਜਾਣਗੇ ਦੋ ਚਾਰ ਛੇ ਮਹੀਨਿਆਂ ਦੇ ਵਿੱਚ ਕਦੀ ਵੀ ਜਾਣ ਅਤੇ ਉਹ ਪ੍ਰਚਾਰ ਕਰਨ ਜਾਣਗੇ ਜੋ ਅੰਮ੍ਰਿਤ ਸੰਚਾਰ ਦਾ ਉਹਨਾਂ ਨੇ ਸ਼ੁਰੂ ਕੀਤਾ ਉਸਦੇ ਲਈ ਯੂਰਪ ਦੇ ਅਮੈਰੀਕਾ ਕੈਨੇਡਾ ਇਹ ਸਾਰਾ ਪਲਾਨਿੰਗ 'ਚ ਹੈਗਾ ਹਲੇ ਜਾਣਾ ਹੈ ਲੇਕਿਨ ਇੱਦਾਂ ਦਾ ਕੋਈ ਨਹੀਂ ਕਿ ਵਿਆਹ ਇਸ ਲਈ ਕੀਤਾ ਬਲਕਿ ਜੋ ਨੂੰਹ ਆਈ ਹੈ ਸਾਡੀ ਭਾਬੀ ਜਿਹੜੀ ਸਾਡੀ ਉਹ ਯੂਰਪ ਛੱਡ ਕੇ ਇੰਗਲੈਂਡ ਛੱਡ ਕੇ ਹੁਣ ਉਹ ਇੱਥੇ ਹੀ ਜੱਲੂਪੁਰ ਹੀ ਰਹਿਣਗੇ ਸਾਡੇ ਨਾਲ ਉਹਨਾਂ ਦਾ ਪਿਛੋਕੜ ਕੀ ਸੀਗਾ ਬਾਹਰ ਜੋਬ ਕਰਦੇ ਸੀ ਜਾਂ ਕਿਵੇਂ ਦਾ ਰਹਿਣ ਸਹਿਣ ਸੀ ਉੱਧਰ ਨਹੀਂ ਮੇਰੀ ਭਾਈ ਸਾਹਿਬ ਨਾਲ ਉਹੋ ਜਿਹਾ ਗੱਲਬਾਤ ਨਹੀਂ ਹੁੰਦੀ ਨਾ ਮੈਂ ਪੁੱਛਿਆ ਨਾ ਮੇਰਾ ਮੈਨੂੰ ਪੁੱਛਣਾ ਚਾਹੀਦਾ ਕਦੋਂ ਪਤਾ ਲੱਗਾ ਅਚਾਨਕ ਹੀ ਪਤਾ ਲੱਗਿਆ ਕਿ ਪਹਿਲਾਂ ਕਾਫੀ ਦੇਰ ਪਤਾ ਸੀਗਾ ਜਿਵੇਂ ਤਿਆਰੀਆਂ ਹੁੰਦੀਆਂ ਨੇ ਨਹੀਂ ਪਤਾ ਸੀਗਾ ਕਿ ਵਿਆਹ ਦਾ ਹੈਗਾ ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਸੀਗਾ ਕਿ ਜਦੋਂ ਭਾਈ ਸਾਹਿਬ ਨੂੰ ਵੀ ਨਹੀਂ ਉਹਨਾਂ ਦੇ ਦਿਮਾਗ 'ਚ ਨਹੀਂ ਸੀਗਾ ਕਿ ਇੰਨੀ ਡੇਟ ਨੂੰ ਹੋਣਾ ਇਹ ਫੈਮਿਲੀਜ਼ ਇਨਵੋਲਵ ਹੋਈਆਂ ਅਤੇ ਉਦੋਂ ਜਦੋਂ ਇਹ ਸੀਗੀ ਇਹਨਾਂ ਦੇ ਜਿਹੜਾ ਰਿਲੇਸ਼ਨ ਹੈਗਾ ਉਹ ਪੁਰਾਣਾ ਕਮਿਟਮੈਂਟ ਜਿਹੜੀ ਸੀਗੀ ਇਹਨਾਂ ਦੀ ਪਰ ਇਹ ਮੈਨੂੰ ਵੀ ਜ਼ਿਆਦਾ ਪੁਰਾਣਾ ਨਹੀਂ ਥੋੜ੍ਹੇ ਦਿਨ ਪਹਿਲਾਂ ਹੀ ਮੈਨੂੰ ਪਤਾ ਲੱਗਿਆ ਸੋ ਇਹ ਅਸੀਂ ਗੱਲ ਕੀਤੀ ਹੈ ਭਾਈ ਦਲਜੀਤ ਸਿੰਘ ਹੋਰਾਂ ਨਾਲ ਜੋ ਕਾਫੀ ਸਮਾਂ ਨਾਲ ਰਹੇ ਦੀਪ ਸਿੱਧੂ ਹੋਰਾਂ ਦੇ ਨਾਲ ਹੁਣ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਰਹਿੰਦੇ ਨੇ ਸੋ ਉਹਨਾਂ ਨੇ ਕਿਹਾ ਕਿ ਜਿਵੇਂ ਸਾਦੇ ਢੰਗ ਨਾਲ ਰਹਿਣ ਸਹਿਣ ਲਈ ਭਾਈ ਅੰਮ੍ਰਿਤਪਾਲ ਸਿੰਘ ਆਖਦੇ ਨੇ ਸੋ ਉਹ ਕਰਕੇ ਵੀ ਵਿਖਾਇਆ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੇਲੀ ਪੋਸਟ ਜੱਲੂਪੁਰ ਖੇੜਾ ਰਹੀਆ